என்ன சொல்றேன்னு ਬਹੁਤ ਖੁਸ਼ ਹਾਂ ਕਿ ਸਾਡੇ ਫੁੱਲੇਵਾਲ ਪਿੰਡ ਦਾ ਨਾਮ ਰੋਸ਼ਨ ਹੋਇਆ। ਸਾਡੇ ਫੁੱਲੇਵਾਲ ਪਿੰਡ ਦੇ ਵਿੱਚ ਇੱਕ ਪਹਿਲਾ ਇੱਕ ਖਿਡਾਰੀ ਹੋਇਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਅੱਜ ਖੇਡ ਕੇ ਆਇਆ। ਆਪਣਾ ਪਰਫਾਰਮੈਂਸ ਟੌਪ ਤੇ ਆਇਆ ਭਾਈ, ਬਹੁਤ ਵਧੀਆ ਭਾਈ। ਪਿੰਡਿਆਂ ਨੇ ਬਹੁਤ ਮਾਣਦਾਨ ਕੀਤਾ, ਬਾਕੀ ਮੁੰਡੇ ਯਾਰਾਂ ਦੋਸਤਾਂ ਨੇ ਬਹੁਤ ਮਾਣ ਕੀਤਾ। ਫਸਟ ਟਾਈਮ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਖੇਡ ਕੇ ਆਇਆ ਵਾ, ਔਰ ਮੈਂ ਪੂਰੇ ਪਿੰਡ ਦਾ ਧੰਨਵਾਦ ਕਰਦਾ ਵਾਂ, ਔਰ ਜਿਨ੍ਹਾਂ ਨੇ ਇਸ ਦੇ ਜਾਣ ਦੇ ਵਿੱਚ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ, ਪੂਰੇ ਨਗਰ ਦਾ ਧੰਨਵਾਦ ਕਰਦੇ ਹਾਂ। ਔਰ ਬਹੁਤ ਵੱਡੀ ਅਚੀਵਮੈਂਟ ਹਾਸਲ ਕਰਕੇ ਇਹ ਅੱਜ ਪਰਤੇ ਆ, ਔਰ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਫੁੱਲੇਵਾਲ ਪਿੰਡ ਦਾ ਨਾਮ ਰੋਸ਼ਨ ਹੋਇਆ। ਸਾਡੇ ਫੁੱਲੇਵਾਲ ਪਿੰਡ ਦੇ ਵਿੱਚ ਇੱਕ ਪਹਿਲਾ ਇੱਕ ਖਿਡਾਰੀ ਹੋਇਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਅੱਜ ਖੇਡ ਕੇ ਆਇਆ, ਔਰ ਮੈਂ ਪੂਰੇ ਨਗਰ ਦਾ, ਪਿੰਡ ਵਾਸੀਆਂ ਦਾ, ਪੂਰੀ ਗ੍ਰਾਮ ਪੰਚਾਇਤ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਹਨਾਂ ਭਰਮਾ ਸਵਾਗਤ ਕੀਤਾ, ਔਰ ਇਸ ਨੌਜਵਾਨ ਦਾ ਉਤਸ਼ਾਹ ਵਧਾਉਣ ਦਾ ਕਰਕੇ ਪੂਰਾ ਨਗਰ ਅੱਜ ਪੂਰਾ ਖੁਸ਼ ਹੈ ਜੀ। ਮੈਂ ਨਿਊਜ਼ੀਲੈਂਡ ਗਿਆ ਸੀ ਭਾਈ ਖੇਡਣ, ਆਪਾਂ ਉਹਦੇ ਭਾਈ ਬੈਸਟ ਪਰਫਾਰਮੈਂਸ ਦੇਣੇ ਆ, ਬੈਸਟ ਕਬੱਡੀ ਪਲੇਅਰ ਆ, ਮੈਂ ਕਬੱਡੀ ਪਲੇਅਰ, ਹਾਂਜੀ ਰੇਡਰ ਆ, ਬੈਸਟ ਬੈਸਟ ਰੇਡਰ ਆ। ਹਾਂਜੀ ਭਾਈ, ਇੰਡੀਆ ਹਰੇਕ ਉੱਥੇ ਸਿਟੀਆਂ ਕੱਪ ਹੁੰਦੇ ਆ, ਫੈਡਰੇਸ਼ਨਾਂ ਦੇ ਕੱਪ ਹੁੰਦੇ ਆ, ਆਪਾਂ ਹਰੇਕ ਫੈਡਰੇਸ਼ਨ ਦੇ ਫਸਟ ਹੀ ਰਹੀ, ਬੈਸਟ ਰਿਹਾ ਆਪਣਾ। ਆਪਾਂ ਭਾਈ ਗਏ ਸੀ ਅਪ੍ਰੈਲ ਚ, ਗਏ ਸੀ ਮਾਰਚ, 20 ਮਾਰਚ ਨੂੰ ਗਏ ਭਾਈ। ਅੱਜ ਬਾਅਦ ਕਿੰਨੇ ਮੈਚ ਹੋਏ ਭਾਈ? 6 ਕੱਪ ਹੋਏ, 6 ਕੱਪ ਹੋਏ, ਹਾਂਜੀ। 2 ਮਿਸ ਹੋ ਗਏ ਸੀ, ਮੈਂ ਲੇਟ ਹੋ ਗਿਆ ਸੀ, ਠੀਕ ਹੈ, ਤੇ 2 4 ਖੇਡੇ ਬੈਸਟ ਆ, 4 ਬੈਸਟ ਖੇਡੇ ਹਨਾ, ਤੇ ਉਹਦੇ ਵਿੱਚ ਤੁਸੀਂ ਬੈਸਟ ਕੀ ਜਾਂ ਫਿਰ ਰੇਡਰ? ਰੇਡਰ ਭਾਈ, ਆਪਣਾ ਪਰਫਾਰਮੈਂਸ ਵਧੀਆ ਰਿਹਾ, ਬੈਸਟ ਰੇਡਰ ਹੈ ਭਾਈ, ਠੀਕ ਹੈ। ਕਿੱਦਾਂ ਫੀਲ ਕਰ ਰਹੇ ਹੋ ਯਾਨੀ ਕਿ ਫਸਟ ਚੈਂਪੀਅਨ? ਬਹੁਤ ਵਧੀਆ ਭਾਈ, ਪਿੰਡਿਆਂ ਨੇ ਬਹੁਤ ਮਾਣਦਾਨ ਕੀਤਾ, ਬਾਕੀ ਮੁੰਡੇ ਯਾਰਾਂ ਦੋਸਤਾਂ ਨੇ ਬਹੁਤ ਮਾਣ ਕੀਤਾ। ਇਸ ਤੋਂ ਪਹਿਲਾਂ ਕਿੱਥੇ ਕਿੱਥੇ ਖੇਡ ਕੇ ਆਏ ਹੋ ਭਾਈ? ਫਸਟ ਵਾਰੀ ਨਿਊਜ਼ੀਲੈਂਡ ਕਿੱਥੇ? ਅੱਛਾ, ਤੇ ਕੋਈ ਕਿਹਦੀ ਸਪੋਰਟ ਰਹੀ ਹੋਵੇ ਜਾਂ ਕਿਸੇ ਨੇ ਕੀਤਾ ਹੋਵੇ, ਹੈਲਪ ਕੀਤੀ ਹੋਵੇ ਜਾਂ ਕਿਦਾਂ? ਭਾਈ ਸਪੋਰਟ ਸਾਰੇ ਭਰਾਵਾਂ ਦੀ ਆ, ਆ ਬੰਦਾ ਆਪਣੇ ਨਾਮ ਹੋ ਫੜਿਆ ਭਾਈ, ਠੀਕ ਹੈ, ਹਾਂਜੀ। ਬਾਕੀ ਆਪਣੇ ਬਾਪੂ ਮਾਮੇ ਆਪਣੇ ਸਾਰਿਆਂ ਦੀ ਸਪੋਰਟ ਆ। ਕਿਹੜੀ ਕਿਹੜੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋ? ਮੈਂ ਭਾਈ ਗੁੱਜਰਾਂ ਭਾਈ, ਗੁੱਜਰੀ ਬਾਬਾ। ਗੁੱਜਰ ਕਮਿਊਨਿਟੀ ਚ ਇਸ ਤੋਂ ਪਹਿਲਾਂ ਕੋਈ ਖੇਡਣ ਗਿਆ? ਹਾਂਜੀ ਭਾਈ, ਆਪਣਾ ਮੱਖਣ। ਅੱਛਾ, ਮੱਖਣ ਜੀ, ਇਹ ਵੀ ਗਿਆ? ਹਾਂਜੀ, ਇਹ ਨਸ਼ੇ ਪੱਤਿਆਂ ਤੋਂ ਬਚੋ ਭਾਈ, ਆਪਣੇ ਕਬੱਡੀ ਆ ਲਾਓ ਭਾਈ, ਬਾਕੀ ਘਰ ਫੈਮਿਲੀ ਦੀ ਸਪੋਰਟ ਜ਼ਿਆਦਾ ਚਾਹੀਦੀ ਭਾਈ, ਜਿੱਦਾਂ ਭਾਈ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਆ ਭਾਈ, ਕਿ ਜਿੱਦਾਂ ਆਪਾਂ ਫੈਮਿਲੀ ਜ਼ਿਆਦਾਤਰ ਸਪੋਰਟ ਨਹੀਂ ਕਰਦੇ ਨਿਆਣੇ, ਨਿਆਣੇ ਫਿਰ ਗਲਤ ਕਮਾ ਜਾਂਦੇ ਆ, ਪੇਰੈਂਟਸ ਨੂੰ ਸਪੋਰਟ ਕਰਨੀ ਚਾਹੀਦੀ ਹੈ। ਹਾਂਜੀ, ਜਾਂ ਮਾਂ ਪਿਓ ਸਪੋਰਟ ਕਰੂਗੇ ਭਾਜੀ, ਹਰੇਕ ਭਾਜੀ ਕਾਮਯਾਬ ਹੋਊਗਾ। ਖੇਡ ਕੇ ਆਏ ਹੋ ਨਿਊਜ਼ੀਲੈਂਡ ਦੇ, ਖੇਡ ਕੇ ਆਏ ਹੋ, ਅਗਲੇ ਅੱਗੇ ਦੀ ਕੀ ਪਲੈਨਿੰਗ ਤੁਹਾਡੀ? ਅੱਗੇ ਭਾਜੀ ਹੋਰ ਵਧੀਆ ਪਰਫਾਰਮੈਂਸ ਦਵਾਂਗੇ, ਹੋਰ ਵਧੀਆ ਖੇਡਾਂਗੇ ਹਰੇਕ ਕੰਟਰੀਆਂ 'ਚ ਭਾਜੀ। ਹੁਣ ਗਾਹ ਦੀ ਆਪਣੀ ਫੇਰ ਸਿਲੈਕਸ਼ਨ ਹੋ ਗਈ ਆ ਭਾਜੀ, ਵਧੀਆ ਖੇਡਣ ਕਰਕੇ। ਕਿਹੜੀ ਜਗ੍ਹਾ ਜਾਣਾ ਹੁਣ? ਆਪਣੀ ਭਾਜੀ ਨਿਊਜ਼ੀਲੈਂਡ ਦੀ ਸਿਲੈਕਸ਼ਨ ਹੋ ਗਈ ਆ ਅਕਤੂਬਰ 'ਚ ਭਾਜੀ, ਕਦੋਂ ਜਾਣਾ? ਅਕਤੂਬਰ 'ਚ ਭਾਜੀ, ਹਾਂਜੀ ਭਾਜੀ। ਭਾਜੀ ਦੱਸ ਹੀ ਨਹੀਂ ਸਕਦੇ ਵੀ ਸਾਨੂੰ ਇੰਨੀ ਕੁ ਖੁਸ਼ੀ ਆ, ਇਹ ਮੁੰਡੇ ਨੇ ਸਾਡੇ ਫੁੱਲੇਵਾਲ ਦਾ ਨਾਂ ਰੋਸ਼ਨ ਕੀਤਾ, ਸਾਨੂੰ ਬਹੁਤ ਬਹੁਤ ਖੁਸ਼ੀ ਆ ਵੀ ਅਸੀਂ ਸਾਰੇ ਬੱਚੇ ਤੱਕ ਬੀਬੀਆਂ ਤੱਕ ਸਾਡੇ ਸਾਰੇ ਖੁਸ਼ ਆ ਵੀ ਇਹ ਬੱਚੇ ਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ, ਤੇ ਅਸੀਂ ਜੋ ਵੀ ਇਹ ਕਰਦਾ ਅਸੀਂ ਅੱਗੇ ਵੀ ਇਹਦੇ ਨਾਲ ਸਹਿਯੋਗ ਦੇਈਦਾ ਜਿੰਨੇ ਚੁੱਕੇ ਹੈਗੇ ਆ, ਗਾਂਹ ਵੀ ਜਿੱਦਾਂ ਹੋਏਗਾ ਅਸੀਂ ਵੱਧ ਤੋਂ ਵੱਧ ਇਹਦੇ ਨਾਲ ਕਰਾਂਗੇ, ਤੇ ਮਹਾਰਾਜੇ ਨੂੰ ਤੰਦਰੁਸਤੀਆਂ ਬਖਸ਼ੇ ਤੇ ਬੁਲੰਦੀਆਂ ਨੂੰ ਜਾਏ, ਵਧੀਆ ਕਾਰੋਬਾਰ ਕਰੇ ਤੇ ਸੋਹਣਾ ਮੁੰਡਾ ਖੇਡਦਾ ਆ, ਕੋਈ ਸਿਫਤ ਨਹੀਂ ਇਹਦੀ ਕਰਨਾ।
ਪਰਿਵਾਰ ਬਹੁਤ ਵਧੀਆ, ਭਲਵਾਨ ਦਾ ਧੰਨਵਾਦ ਜ਼ਿਆਦਾ ਵੀ ਜਿਹਨੇ ਮੁੰਡਾ ਇੱਦਾਂ ਦਾ ਫੁੱਲੇਵਾਲ ਨੂੰ ਦਿੱਤਾ, ਭਲਵਾਨ ਦਾ ਧੰਨਵਾਦ ਸਭ ਤੋਂ ਜ਼ਿਆਦਾ। ਮੈਂ ਤਾਂ ਇਹੋ ਗੱਲ ਕਹਾਂਗਾ ਕਿ ਬਹੁਤ ਬਹੁਤ ਧੰਨਵਾਦ ਆਪਣੇ ਪਿੰਡ ਦੇ ਸਹਿਯੋਗ ਦਾ, ਕਿ ਪਿੰਡ ਦੇ ਸਹਿਯੋਗ ਨਾਲ ਹੀ ਸਭ ਕੁਛ ਹੁੰਦਾ ਆ। ਅਤੇ ਮੈਂ ਇਹ ਕਹਾਂਗਾ ਕਿ ਅੱਗੇ ਵੀ ਇਸ ਪਿੰਡ ਦਾ ਨਾਂ ਜਿਹੜਾ ਆ ਇੱਦਾਂ ਹੀ ਉੱਚਾ ਕਰਦਾ ਰਹੇ, ਇੱਦਾਂ ਹੀ ਚੱਲਦਾ ਰਹੇ, ਇੱਦਾਂ ਹੀ ਵਧੀਆ ਖੇਡਦਾ ਰਹੇ ਅਤੇ ਪਿੰਡ ਦਾ ਨਾਂ ਜਿਹੜਾ ਰੋਸ਼ਨ ਹੁੰਦਾ ਰਹੇ। ਤੁਸੀਂ ਕੰਮ ਕਰਦੇ? ਮੈਂ ਵੀ ਘੁਲਦਾ ਰਿਹਾ ਪਹਿਲਾਂ, ਫਿਰ ਹੁਣ ਆਪਣਾ ਕਾਰੋਬਾਰ ਬਹੁਤ ਜੀ ਉਮੀਦ ਆ ਕਿ ਸਾਰੇ ਹੀ ਵਰਲਡ 'ਚ ਵੀ ਖੇਡੂਗਾ ਔਰ ਬਾਹਰ ਵੀ ਸਾਰੇ ਮੁਲਕਾਂ 'ਚ ਖੇਡੂਗਾ। ਅੱਗੇ ਆਪਾਂ ਜਾਂ ਮੇਰਾ ਇਹ ਵੀ ਖੇਡ ਕੇ ਆਇਆ, ਪੁੱਤ ਮੇਰਾ ਇਹ ਵੀ ਖੇਡ ਕੇ ਆਇਆ, ਜਿੱਦਾਂ ਸਾਡਾ ਸਾਰਾ ਪਰਿਵਾਰ ਹੋਰ ਵੀ ਪਰਿਵਾਰ ਜਿੱਦਾਂ ਖੇਡਦਾ ਪਿਆ ਆ, ਫਰਿਆਦ ਹੋਣੀ ਉਹ ਵੀ ਸਾਡਾ ਪਰਿਵਾਰ ਆ, ਲੇਕਿਨ ਆਪਣੇ ਪਰਿਵਾਰ 'ਚ ਵੀ ਸਾਰੇ ਖੇਡਦੇ ਪਏ ਆ ਅਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਜਿੱਦਾਂ ਸਾਡੇ ਸਾਰੇ ਪਿੰਡ ਦੇ ਵਿੱਚ ਜਿੱਦਾਂ ਖੁਸ਼ੀ ਦਾ ਆਲਮ ਹੈ, ਸਾਰੇ ਬੱਚੇ ਬੱਚੇ ਵਿੱਚ ਉਤਸ਼ਾਹ ਹੈਗਾ। ਅਤੇ ਦੂਸਰਾ ਇਹ ਜਿਹੜਾ ਉਪਰਾਲਾ ਅਸੀਂ ਕਰ ਰਹੇ ਹਾਂ ਇਸ ਬੱਚੇ ਨੂੰ ਹਾਈਲਾਈਟ ਕਰਨ ਲਈ, ਦੂਸਰਾ ਇਹ ਹੈ ਕਿ ਇਹਨੂੰ ਦੇਖ ਕੇ ਜਿੱਦਾਂ ਸਾਰੇ ਬੱਚੇ ਜਿਹੜੇ ਹੈਗੇ ਹੋਰ ਉਹਨਾਂ ਦੇ ਵਿੱਚ ਇੱਦਾਂ ਦਾ ਉਤਸ਼ਾਹ ਪੈਦਾ ਹੋਵੇ, ਸਾਡੇ ਪਿੰਡ ਦੇ ਵਿੱਚ ਹੋਰ ਵੀ ਕੋਈ ਨੌਜਵਾਨ ਉੱਠੇ ਕਿ ਜਿਹਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਬਹੁਤ ਜ਼ਿਆਦਾ ਇੱਜ਼ਤ ਬਣਦੀ ਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਜ਼ਤ ਬਣਦੀ ਹੈਗੀ ਆ, ਸਾਡੇ ਪਿੰਡ ਸਾਡੇ ਏਰੀਏ ਦੇ ਵਿੱਚ ਪੂਰਾ ਮਾਣ ਆ ਸਾਨੂੰ। ਇਸ ਬੱਚੇ ਨੇ ਸਾਡੇ ਪਿੰਡ ਦਾ ਪੂਰਾ ਸਿਰ ਉੱਚਾ ਕੀਤਾ ਅਤੇ ਇਸ ਦੇ ਨਾਲ ਨਾਲ ਹੋਰ ਵੀ ਸਾਡੇ ਪਿੰਡ ਤੋਂ ਸਾਡੇ ਪਰਿਵਾਰ 'ਚੋਂ ਬੱਚਾ ਹੈਗਾ ਵਰਲਡ ਚੈਂਪੀਅਨ ਹੈਗਾ ਲਵਪ੍ਰੀਤ ਸਿੰਘ ਬੋਡੀ ਬਿਲਡਰ, ਜੋ ਕਿ ਦੋ ਵਾਰੀ ਵਰਲਡ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ ਦੋ ਵਾਰ। ਅਤੇ ਬਾਕੀ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਪਿੰਡ ਦਾ ਨਾਂ ਬਹੁਤ ਉੱਚਾ ਕਰ ਰਹੇ ਆ ਬੱਚੇ, ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ, ਅਸੀਂ ਬਹੁਤ ਖੁਸ਼ ਹਾਂ ਸਾਰੇ। ਹਾਂਜੀ, ਮੈਂ ਇਹ ਗੱਲ ਪਹਿਲਾਂ ਕਹਿ ਚੁੱਕਿਆ ਵੀ ਇਹਨਾਂ ਦਾ ਬਣਦਾ ਮਾਣ ਸਤਿਕਾਰ ਤਾਂ ਸ਼ਾਇਦ ਨਹੀਂ ਕਰ ਸਕਦੇ ਅਸੀਂ, ਪਰ ਫਿਰ ਵੀ ਸਾਡੀ ਕੋਸ਼ਿਸ਼ ਆ, ਅਸੀਂ ਜਿੰਨਾ ਵੀ ਕਰ ਸਕਦੇ ਹਾਂ ਕਰ ਰਹੇ ਹਾਂ, ਤੇ ਇਸ ਕਰਕੇ ਵੀ ਕਰ ਰਹੇ ਹਾਂ ਕਿ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਕਿ ਜਿਸ ਤਰ੍ਹਾਂ ਇਹ ਇਸ ਬੱਚੀ ਨੇ ਨਾਂ ਉੱਚਾ ਕੀਤਾ ਸਾਡੇ ਪਿੰਡ ਦਾ, ਤੇ ਕੋਈ ਹੋਰ ਵੀ ਬੱਚਾ ਜਿਹੜਾ ਹੈਗਾ ਨਸ਼ੇ ਪੱਤੇ ਤੋਂ ਹਟ ਕੇ ਪਿੱਛੇ ਹੋ ਸਕਦਾ ਕਿ ਇਸ ਲਾਈਨ ਤੇ ਆ ਜਾਵੇ।